एवरीवन टुडे आई शेयर अ क्वेश्चन पेपर ऑफ बीए बीएससी जर्नल फर्स्ट सेमेस्टर इंग्लिश इलेक्टिव ए पंजाब यूनिवर्सिटी चंडीगढ़ ਦਾ ਕੁਐਸਚਨ ਪੇਪਰ ਹੈ ਜੋ ਲਾਸਟ ਟਾਈਮ ਦੇ ਵਿੱਚ ਐਗਜ਼ਾਮ ਹੋਏ ਸੀਗੇ ਫੈਬ ਮਾਰਚ 2022 ਦੇ ਵਿੱਚ ਉਹ ਵਾਲਾ ਕੁਐਸਚਨ ਪੇਪਰ ਹੈ ਸੋ ਤੁਹਾਨੂੰ ਕੰਪਲੀਟ ਕੁਐਸਚਨ ਪੇਪਰ ਇਸ ਵੀਡੀਓ ਦੇ ਵਿੱਚ ਮਿਲ ਜਾਵੇਗਾ ਵੈਸੇ ਇਹ ਐਗਜ਼ਾਮ डिसेंबर 2021 ਦੇ ਵਿੱਚ ਹੋਣੇ ਸੀ ਬਟ ਕੋਵਿਡ ਦੇ ਕਰਕੇ ਐਗਜ਼ਾਮ ਲਾਸਟ ਟਾਈਮ ਦੇ ਵਿੱਚ ਲੇਟ ਹੋਏ ਸੀਗੇ ਤੇ ਆਨਲਾਈਨ ਮੋਡ ਦੇ ਵਿੱਚ ਐਗਜ਼ਾਮ ਲਏ ਗਏ ਸੀਗੇ ਤੁਹਾਡੇ ਸੈ ਐਗਜ਼ਾਮ ਦੀ ਗੱਲ ਕਰੀਏ ਤਾਂ 90 ਮਾਰਕਸ ਦਾ ਤੁਹਾਡਾ ਐਗਜ਼ਾਮ ਹੁੰਦਾ ਤੇ 3 ਆਵਰਜ਼ ਹੁੰਦੇ ਆ ਤੁਹਾਡੇ ਕੋਲੇ ਸੈ ਐਗਜ਼ਾਮ ਨੂੰ ਕੰਪਲੀਟ ਕਰਨ ਦੇ ਲਈ ਨੋਟ ਇਹਨਾਂ ਨੇ ਲਿਖਿਆ ਜੀ ਅਟੈਂਪਟ 올 ਕੁਐਸਚਨਸ ਰਾਈਟ ਲੀਜੀਬਲੀ ਅਟੈਂਪਟ 올 ਪਾਰਟਸ ਆਫ ਈਚ ਕੁਐਸਚਨ ਟੁਗੇਦਰ ਤੋ ਤੁਸੀਂ ਸਾਰੇ ਜੋ ਕੁਐਸਚਨ ਕਰਨੇ ਤੇ ਜਿਹੜੇ ਤੁਹਾਡੇ ਕੁਐਸਚਨ ਹੈ ਜਿਹੜੇ 올 ਪਾਰਟਸ ਦੇ ਕੁਐਸਚਨ ਹੈ ਉਹ ਤੁਸੀਂ ਇੱਕ ਥਾਂ ਤੇ ਹੀ ਲਿਖਨੇ ਸੋ ਮੈਂ ਸਕਰੀਨ ਤੇ ਤੁਹਾਨੂੰ ਤੁਹਾਡਾ ਕੁਐਸਚਨ ਪੇਪਰ ਸ਼ੇਅਰ ਕਰਾਂਗੀ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਲੈਣੇ ਆ ਤੇ ਤੁਹਾਡੇ ਅੱਗੇ ਇੱਕ ਰਿਕਵੈਸਟ ਵੀ ਰਹੇਗੀ ਜੀ ਜੋ ਤੁਹਾਡੇ WhatsApp ਗਰੁੱਪਸ ਬਣੇ ਹੁੰਦੇ ਨੇ ਆਪਣੇ ਫਰੈਂਡਸ ਦੇ ਨਾਲ ਜਰੂਰ ਉਹਨਾਂ ਦੇ ਵਿੱਚ ਇਸ ਵੀਡੀਓ ਦਾ ਲਿੰਕ ਸ਼ੇਅਰ ਕਰੋ ਤਾਂ ਜੋ ਤੁਹਾਡੇ ਫਰੈਂਡਸ ਤੱਕ ਵੀ ਕੋਸਮ ਪੇਪਰ ਤੇ ਵੀਡੀਓ ਪਾਉਂ ਸਕੇ ਤੇ ਮੈਨੂੰ ਮੋਟੀਵੇਸ਼ਨ ਮਿਲ ਸਕੇ ਤੇ ਮੈਂ ਹੋਰ ਵੀ ਵੀਡੀਓਜ਼ ਤੁਹਾਡੇ ਲਈ ਅਪਲੋਡ ਕਰ ਸਕਾਂ ਸੋ ਫਰਸਟ ਆ ਗਿਆ ਜੀ ਸੈਕਸ਼ਨ A ਸੋ so, ਸੈਕਸ਼ਨ A ਸ਼ੋ ਹੋ ਰਿਹਾ ਜੀ ਤੁਹਾਨੂੰ ਸਕਰੀਨ ਤੇ ਲਿਖਿਆ ਜੀ ਇਹਨਾਂ ਨੇ ਅਟੈਂਪਟ ਐਨੀ 5 ਕਨਸੈਪਟਸ ਇਨ ਨਾਟ ਮੋਰ ਦੈਨ 50 ਟੂ 60 ਵਰਡਸ ਈਚ ਸੋ ਸਕਰੀਨ ਤੇ ਤੁਹਾਨੂੰ ਸ਼ੋ ਹੋ ਰਿਹਾ ਜੀ ਤੁਹਾਡਾ ਕਵੈਸਚਨ ਨੰਬਰ 1 ਸੋ ਇਹਨਾਂ ਤੁਸੀਂ ਸਕਰੀਨਸ਼ਾਟ ਆ ਉਹ ਤੁਸੀਂ ਲੈ ਸਕਦੇ ਹੋ ਸੋ ਇਹ ਇੱਕ ਪੈਟਰਨ ਹੁੰਦਾ ਜੀ ਤੁਹਾਨੂੰ ਪਤਾ ਚੱਲ ਲੱਗ ਜਾਂਦਾ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਕੁਐਸਚਨ ਐ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ ਸੋ ਤੁਸੀਂ ਆਈਡੀਆ ਲੈ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਕੁਐਸਚਨ ਤੁਹਾਨੂੰ ਆਵੇਗਾ ਤੁਹਾਡੇ ਐਗਜ਼ਾਮ ਦੇ ਵਿੱਚ ਸੋ ਇਹ ਸੀਗਾ ਜੀ ਕੁਐਸਚਨ ਨੰਬਰ 1 ਨੈਕਸਟ ਮੈਂ ਸ਼ੋ ਕਰ ਰਹੀ ਹਾਂ ਜੀ ਤੁਹਾਨੂੰ ਕੁਐਸਚਨ ਨੰਬਰ 2 ਸੋ ਮੈਂ ਕੋਸ਼ਿਸ਼ ਕਰਾਂਗੀ ਜੀ ਕੁਐਸਚਨ ਨੰਬਰ 2 ਤੁਹਾਨੂੰ ਕੰਪਲੀਟ ਹੀ ਸ਼ੋ ਕਰਵਾ ਦੇਵਾਂ ਹਾਂਜੀ ਕੁਐਸਚਨ ਨੰਬਰ 2 ਤੁਹਾਨੂੰ ਸ਼ੋ ਹੋ ਰਿਹਾ ਜੋ ਕੁਐਸਚਨ ਨੰਬਰ 1 ਸੀਗਾ ਜਿੰਦੇ ਵਿੱਚ ਤੁਸੀਂ ਐਨੀ 5 ਕਨਸੈਪਟ ਲਿਖਨੇ ਸੀ ਉਹ 15 ਮਾਰਕਸ ਦਾ ਸੀਗਾ ਜੀ ਤੇ ਤੁਹਾਡਾ ਜਿਹੜਾ ਆਨਸਰ ਹੈ ਉਹ 50 ਟੂ 60 ਵਰਡਸ ਦੇ ਵਿੱਚ ਹੀ ਹੋਣਾ ਚਾਹੀਦਾ ਇਸ ਤੋਂ ਵੱਧ ਨਹੀਂ ਤੁਸੀਂ ਲਿਖਣਾ ਤੇ 15 ਮਾਰਕਸ ਤੁਸੀਂ ਇਹਦੇ ਵਿੱਚ ਅਗੇਨ ਕਰ ਸਕਦੇ ਹੋ ਨੈਕਸਟ ਆ ਗਿਆ ਜੀ ਤੁਹਾਡਾ ਕੁਐਸਚਨ ਨੰਬਰ 2 ਲਿਖਿਆ ਜੀ ਨਾ ਨੇ اٹੈਂਪਟ ਐਨੀ 10 ਕੁਐਸਚਨ ਇਨ 30 40 ਵਰਡਸ ਈਚ ਸੋ ਇੰਨਾ ਜੋ ਕੁਐਸਚਨ ਤੁਹਾਨੂੰ ਪੁੱਛੇਗੇ ਨੇ ਇੰਨਾ ਕੁਐਸਚਨ ਦੇ ਵਿੱਚੋਂ ਤੁਸੀਂ ਐਨੀ 10 ਕੁਐਸਚਨ ਦੇ ਆਨਸਰ ਦੇਣੇ ਆ ਤੁਹਾਡਾ ਜੋ ਆਨਸਰ ਹੈ ਉਹ 30 40 ਵਰਡਸ ਦੇ ਵਿੱਚ ਹੋਣਾ ਚਾਹੀਦਾ ਹੈ ਤੇ 15 ਮਾਰਕਸ ਤੁਸੀਂ ਇਹਦੇ ਵਿੱਚੋਂ ਗੇਨ ਕਰ ਸਕਦੇ ਹੋ ਇਸੇ ਗੱਜੇ ਕੁਐਸਚਨ ਨੰਬਰ 2 ਨੈਕਸਟ ਆ ਗਿਆ ਜੀ ਤੁਹਾਡਾ ਕੁਐਸਚਨ ਨੰਬਰ 3 ਕੁਐਸਚਨ ਨੰਬਰ 3 ਦਾ ਮੈਂ ਤੁਹਾਨੂੰ ਪਹਿਲਾਂ ਤੁਹਾਡਾ ਪੈਸੇਜ ਹੈ ਜੋ ਕੰਪਲੀਟ ਤੁਹਾਨੂੰ ਸ਼ੇਅਰ ਕਰ ਰਹੀਆਂ ਜੀ ਸਕਰੀਨ ਤੇ ਸੋ ਇਹਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹ ਹੈਗਾ ਜੀ ਤੁਹਾਡਾ ਕੁਐਸਚਨ ਨੰਬਰ 3 ਇਹ ਇਲੈਕਟਿਵ ਇੰਗਲਿਸ਼ ਦਾ ਆਪਾਂ ਕੁਐਸਚਨ ਪੇਪਰ ਮੈਂ ਸ਼ੇਅਰ ਕਰ ਰਹੀਆਂ ਜੀ ਤੁਹਾਡੇ ਨਾਲ ਸੋ ਜਰੂਰ ਵੀਡੀਓ ਜੇਕਰ ਵਧੀਆ ਲੱਗ ਰਹੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਜੇਕਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਨੈਕਸਟ ਆ ਗਿਆ ਜੀ ਕੁਐਸਚਨ ਜੋ ਕੁਐਸਚਨ ਹੈ ਜੀ ਪੁੱਛੇ ਗਿਆ ਤੁਹਾਨੂੰ ਇਹ ਸਪੈਸੇਸ ਦੇ ਕੁਐਸਚਨ ਦਾ ਨਿਸ਼ਾਨਾ ਕਰ ਰਿਹਾ ਜੀ 5 ਕੁਐਸਚਨ ਸ਼ੋਅ ਕਰ ਰਿਹਾ ਸਕਰੀਨ ਤੇ ਨੈਕਸਟ ਆ ਗਿਆ ਜੀ ਤੁਹਾਡਾ ਸੋ ਜਿਆ ਤੜਕੋਲ অপਸ਼ਨ ਹੁੰਦੀ ਹੈ ਜਿਆ ਪੈਸੇਸ ਤੁਸੀਂ ਕਰ ਸਕਦੇ ਹੋ ਜਿਆ ਤੁਹਾਨੂੰ ਪੋਇਮ ਦੀਆਂ ਲਾਈਨਸ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਤੁਸੀਂ ਕਰਨਾ ਹੁੰਦਾ ਇਹਦੇ ਵੀ ਕੁਐਸਚਨ ਪੁੱਛੇ ਗਏ ਮੈਂ ਤੁਹਾਨੂੰ ਕੰਪਲੀਟ ਤੁਹਾਡੀ ਜਿਹੜੀ ਪੋਇਮ ਹੈ ਉਹ ਤੁਹਾਨੂੰ ਸ਼ੋ ਕਰਵਾ ਰਹੀਆਂ ਸਕਰੀਨ ਤੇ ਸਕਰੀਨ ਸ਼ਾਟ ਆ ਉਹ ਤੁਸੀਂ ਲੈ ਸਕਦੇ ਹੋ ਉਸ ਤੋਂ ਬਾਅਦ ਮੈਂ ਤੁਹਾਨੂੰ ਸ਼ੋ ਕਰਵਾ ਰਹੀਆਂ ਜੀ ਤੁਹਾਨੂੰ ਜੋ ਕੁਐਸਚਨ ਪੁੱਛੇ ਗਏ ਨੇ ਸੋ ਕੁਐਸਚਨ ਤੁਹਾਨੂੰ ਕੰਪਲੀਟ ਸ਼ੋ ਹੋ ਰਹੇ ਨੇ ਸਕਰੀਨ ਤੇ ਅੰਦੀ e 15 ਮਾਰਕਸ ਦਾ ਜੀ ਤੁਹਾਡਾ ਹੋਵੇਗਾ ਇਹਨੂੰ ਤੁਸੀਂ ਭਾਵੇਂ ਪੈਸਸ ਕਰ ਸਕਦੇ ਹੋ ਤੇ ਭਾਵੇਂ ਤੁਸੀਂ ਇਹ ਪੋਇਮ ਦੀਆਂ ਲਾਈਨਸ ਨੇ ਜੋ ਜੋ ਉਹ ਤੁਸੀਂ ਕਰ ਸਕਦੇ ਹੋ ਇਹ ਸੀਗਾ ਜੀ 15 ਮਾਰਕਸ ਦਾ ਨੈਕਸਟ ਆ ਗਿਆ ਜੀ ਤੁਹਾਡਾ ਸੈਕਸ਼ਨ B ਸੋ ਸੈਕਸ਼ਨ B ਦੇ ਵਿੱਚ ਤੁਹਾਨੂੰ ਮੈਂ ਆ ਸ਼ੋ ਹੋ ਰਿਹਾ ਜੀ ਤੁਹਾਨੂੰ ਸਕਰੀਨ ਤੇ 4th ਨੰਬਰ ਕੁਐਸਚਨ ਲੈਟਰ ਹੈ ਜੀ ਦੋ ਲੈਟਰ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦੀਆਂ ਨੇ ਤੇ ਕਿਸੇ ਇੱਕ ਲੈਟਰ ਦਾ ਤੁਸੀਂ ਅਨਸਰ ਦੇਣਾ ਹੁੰਦਾ ਹੈ 10 ਮਾਰਕਸ ਤੁਸੀਂ ਇਹਦੇ ਵਿੱਚੋਂ ਕੈਰੀ ਕਰ ਸਕਦੇ ਹੋ ਇਹ ਸੈਕਸ਼ਨ B ਸੀਗਾ ਜੀ ਨੈਕਸਟ ਆ ਗਿਆ ਜੀ ਤੁਹਾਡਾ 5th ਨੰਬਰ ਹੈ ਜੀ ਗ੍ਰਾਮਰ ਦਾ ਜੀ A ਦੇ ਵਿੱਚ ਲਿਖਿਆ ਜੀ ਇਹਨਾਂ ਨੇ ਚੇਂਜ ਦਾ ਵਾਇਸ B ਦੇ ਵਿੱਚ ਹੈਗੀ ਚੇਂਜ ਦਾ ਨਰੇਸ਼ਨ ਸੋ 5th ਨੰਬਰ ਹੈ ਜੀ A B ਹੈ ਜੀ ਸਕ੍ਰੀਨਸ਼ਾਟ ਲੈ ਸਕਦੇ ਹੋ ਤੁਸੀਂ ਨੈਕਸਟ ਆ ਗਿਆ ਜੀ ਤੁਹਾਡਾ ਸੀ ਸੀ ਲਿਖਿਆ ਜੀ ਇਹਨਾਂ ਨੇ ਟਰਾਂਸਫਾਰਮ ਦਾ ਫਾਲੋਇੰਗ ਸੈਂਟੈਂਸ ਸੋ ਇਹਨਾਂ ਦਾ ਵੀ ਤੁਸੀਂ ਸਕ੍ਰੀਨਸ਼ਾਟ ਲੈ ਸਕਦੇ ਹੋ ਸੀ ਨੰਬਰ ਹੈ ਸੋ ਮੈਂ ਸਕ੍ਰੀਨ ਤੁਹਾਨੂੰ ਕੰਪਲੀਟ ਹੀ ਮੈਂ ਸਕ੍ਰੀ ਸੀ ਨੰਬਰ ਤੁਹਾਨੂੰ ਸ਼ੋ ਕਰ ਲਈਆਂ ਸਕ੍ਰੀਨ ਤੇ ਸੋ ਇਹਨਾਂ ਸਭ ਦੇ ਵਿੱਚੋਂ ਤੁਸੀਂ 15 ਮਾਰਕਸ ਆ ਉਹ ਗੈਨ ਕਰ ਸਕਦੇ ਹੋ ਨੈਕਸਟ ਆ ਗਿਆ ਜੀ ਤੁਹਾਡਾ ਫਿਲਿੰਗ ਫਿਲ ਇਨ ਦੀ ਬਲੈਂਕਸ ਦਾਸਤਾਂ ਨੂੰ ਫਿਲਿੰਗ ਦੀ ਬਲੈਂਕਸ ਪੁੱਛੀਆਂ ਗਈਆਂ ਨੇ ਤੇ 10 ਨੰਬਰ ਹੀ ਤੁਸੀਂ ਇਹਦੇ ਵਿੱਚ ਅਗੇਨ ਕਰ ਸਕਦੇ ਹੋ ਉਸ ਤੋਂ ਬਾਅਦ 6 ਨੰਬਰ ਤੇ ਆ ਜੀ ਗਿਵ ਅ ਨੋਨੀਅਮ ਆਫ ਦਾ ਫੋਲੋਇੰਗ ਵਰਡਸ ਐਂਡ ਬੀ ਨੰਬਰ ਤੇ ਆ ਜੀ ਯੂਜ਼ ਆਫ ਵਰਡਸ ਐਂਡ ਫਰੇਜ਼ ਇਨ ਸੈਂਟੈਂਸ ਸੋ 5 5 5 5 1 ਇਹ ਸਾਰੇ ਕਰਨੇ ਜ਼ਰੂਰੀ ਹੈ ਤੇ 10 ਮਾਰਕਸ ਤੁਸੀਂ ਇਹਦੇ ਵਿੱਚ ਅਗੇਨ ਕਰ ਸਕਦੇ ਹੋ ਸੋ ਇਹ ਸੀਗਾ ਜੀ ਤੁਹਾਡਾ ਕੰਪਲੀਟ ਕੁਐਸਚਨ ਪੇਪਰ ਵੀਡੀਓ ਨਾਲੋਂ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ